ਵੀ ਮੇਰੀ ਤਾਂ ਭਗਵੰਤ ਮਾਨ ਨਾਲ ਵੀ ਰਿਸ਼ਤੇਦਾਰੀ ਹੈ, ਮੇਰੀ ਮਾਸੀ ਦਾ ਮੁੰਡਾ ਹੈ, ਵੀ ਇਹ ਗੱਲ ਕਿੰਨੀ ਕੁ ਸੱਚ ਆ, ਕਿਉਂਕਿ ਉਹਨਾਂ ਨੇ ਬਾਹਰ ਕਿਹਾ ਕਿ ਸਾਡੇ ਕੋਲ ਰਿਕਾਰਡਿੰਗ ਪਈ ਹੈ, ਤੁਸੀਂ ਸ਼ਾਇਦ ਸੁਣੀ ਵੀ ਹੋਵੇ। ਵੀਰ ਜੀ ਦੇਖੋ, ਮੇਰੀ ਉਹਨਾਂ ਨੇ ਕਿਸੇ ਬੰਦੇ ਨਾਲ ਕੋਈ ਗੱਲ ਨਹੀਂ ਹੋਈ। ਹਾਂ ਠੀਕ ਹੈ ਜੀ। ਔਰ ਕਿਸੇ ਪ੍ਰਕਾਰ ਹੋਊਗਾ ਜੀ, ਕਾਰਨ ਅਸਲ ਵਿੱਚ ਮਕਸਦ ਇਹਨਾਂ ਦਾ ਇਹ ਸੀ ਵੀ ਅਸੀਂ ਟਰੈਕਟਰ ਨੂੰ ਚੇਂਜ ਕਰਕੇ ਵੱਡਾ ਟਰੈਕਟਰ ਲਈਏ। ਹਾਂਜੀ। ਫਿਰ ਅਸੀਂ ਕਿਹਾ ਜੀ ਨੋਵੋ ਵੱਟੇ ਨੋਵੋ ਲੈ ਲਓ, ਉਹ ਵੀ ਨਹੀਂ ਲੈਣਾ, ਕੰਪਨੀ ਤੋਂ ਪੰਪ ਚੇਂਜ ਕਰਾ ਦੇਣਾ, ਉਹ ਵੀ ਨਹੀਂ ਕਰਾਉਣਾ ਜੀ। ਠੀਕ ਹੈ। ਕਹਿੰਦੇ ਅਸੀਂ ਨੋਵੋ ਵੱਟੇ ਨੋਵੋ ਕਿਉਂ ਨਹੀਂ ਲੈਣਾ, ਕੀ ਚੱਕਰ ਆ? ਕਹਿੰਦੇ ਅਸੀਂ 655 ਲੈਣਾ, ਆਪਾਂ ਪੂਰਾ ਇੰਜਨ ਪੈਟੀ ਮਤਲਬ ਚੇਂਜ ਕਰਾ ਦਿੰਦੇ। ਠੀਕ ਹੈ। ਉਹ ਕਹਿੰਦੇ ਇੰਜਨ ਵੀ ਚੇਂਜ ਕਰਾਉਣਾ ਜੀ। ਹਾਂਜੀ। ਨੋਵੋ ਟਰੈਕਟਰ ਵੀ ਨਹੀਂ ਲੈਣਾ। ਹਾਂਜੀ। ਟਰੈਕਟਰ ਹੀ ਅਸੀਂ 655 ਲੈਣਾ। ਸੋ ਦੋਸਤੋ, ਅੱਜ ਆਪਾਂ ਪਹੁੰਚਿਆਂਗੇ ਮਹਿੰਦਰਾ ਕੰਪਨੀ ਅਤੇ ਬਰਨਾਲੇ ਡੀਲਰਸ਼ਿਪ 'ਤੇ ਇੱਥੇ ਪਹੁੰਚੇ ਹਾਂ। ਅਤੇ ਬਾਕੀ ਉੱਦਾਂ ਸਹਿਣੇ ਵਾਲੇ ਟਰੈਕਟਰ ਦਾ ਜਿਹੜਾ ਪੱਖ ਸੀਗਾ ਉੱਧਰਲਾ ਪੱਖ ਤੁਸੀਂ ਸੁਣਿਆ ਗਾ, ਅਤੇ ਅੱਜ ਜਿਹੜਾ ਆਪਾਂ ਇੱਧਰੋਂ ਡੀਲਰਸ਼ਿਪ ਵਾਲਾ ਪੱਖ ਹੈਗਾ ਉਹ ਆਪਾਂ ਸੁਣਾਉਂਦੇ ਹਾਂਗੇ। ਅਤੇ ਆਪਣੇ ਨਾਲ ਮਹਿੰਦਰ ਸਿੰਘ ਜੀ ਹੋਣਗੇ ਜੋ ਕਿ ਡੀਲਰਸ਼ਿਪ ਨੇ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਉਸ ਦਿਨ ਕੀ ਹੋਇਆ ਜੀ ਉਹ ਟਰੈਕਟਰ? ਬਹੁਤ ਵਧੀਆ ਜੀ, ਠੀਕ ਠਾਕ। ਕੀ ਨਾਮ ਜੀ ਤੁਹਾਡਾ? ਮਹਿੰਦਰ ਸਿੰਘ ਹੈ ਜੀ। ਮਹਿੰਦਰ ਸਿੰਘ, ਹਾਂਜੀ ਜੀ। ਇਹ ਆਪਾਂ ਬਰਨਾਲਾ ਡੀਲਰਸ਼ਿਪ ਦੇ ਵਿੱਚ ਬਰਨਾਲਾ, ਹਾਂਜੀ, ਬਰਨਾਲਾ ਜੀ ਜੀ। ਹੁਣ ਆਪਾਂ ਕਿਸਾਨਾਂ ਦਾ ਤਾਂ ਪੱਖ ਸੁਣ ਲਿਆ ਸੀ, ਪਰ ਜਿਹੜਾ ਮਤਲਬ ਮਸਲਾ ਸੀ ਉਹ ਹੱਲ ਵੀ ਹੋ ਗਿਆ, ਹੈ ਨਾ ਜੀ? ਅਤੇ ਉਹਨਾਂ ਦਾ ਵੀ ਸੁਣਿਆ ਸੀ, ਜਿਹੜਾ ਅਸਲ ਦੇ ਵਿੱਚ ਤੁਸੀਂ ਵੀ ਦੱਸੋ ਵੀ ਕੀ ਗੱਲ ਹੋਈ ਸੀ, ਜਿਹੜਾ ਟਰੈਕਟਰ ਨੂੰ ਕੀ ਵਜ੍ਹਾ ਹੋਈ ਜੀ? ਹਾਂਜੀ ਹਾਂਜੀ। ਟਰੈਕਟਰ ਨੂੰ ਨਾ ਜੀ ਨੋਰਮਲ ਕੋਈ ਡੀਜ਼ਲ ਪੰਪ ਦਾ ਰਬੜ ਰਿੰਗ ਪਾ ਦਿੱਤਾ ਸੀ। ਠੀਕ ਹੈ। ਰਬੜ ਰਿੰਗ ਪਾਟਣ 'ਤੇ ਉਹ ਡੀਜ਼ਲ ਲੱਗ ਰਹੀ ਸੀ। ਅੱਛਾ ਜੀ। ਉਸ ਤੋਂ ਬਾਅਦ 'ਚ ਅਸੀਂ ਉਹਨਾਂ ਨਾਲ ਗੱਲ ਵੀ ਕਰੀ ਸੀ ਵੀ ਨੋਰਮਲ ਪ੍ਰੋਬਲਮ ਆ, ਕੋਈ ਵੱਡੀ ਪ੍ਰੋਬਲਮ ਨਹੀਂ ਜੀ। ਐਕਚੁਲੀ ਜਿਹੜੀਆਂ ਉਹਨਾਂ ਦੀਆਂ ਗੱਲਾਂ ਸੀਗੀਆਂ ਵੀ ਟਰੈਕਟਰ ਵਧੀਆ ਨਹੀਂ ਆਏ ਨਹੀਂ, ਫਿਰ ਸਾਡਾ ਦੁਬਾਰਾ ਟਰੈਕਟਰ ਵੀ ਮਹਿੰਦਰਾ ਦਾ ਹੀ ਲੈ ਕੇ ਗਿਆ। ਹਾਂਜੀ। ਹਾਲਾਂਕਿ ਅਸੀਂ ਟਰੈਕਟਰ ਦੀ ਪੇਮੈਂਟ ਮੋੜ ਰਹੇ ਸੀ ਉਹਨਾਂ ਨੂੰ। ਹਾਂਜੀ ਠੀਕ ਹੈ। ਟਰੈਕਟਰ ਹੁਣ ਪੇਮੈਂਟ ਮੋੜ ਦੇਣਾ, ਟਰੈਕਟਰ ਤੁਸੀਂ ਜਿੱਥੋਂ ਮਰਜ਼ੀ ਦੇ ਦਿਓ ਜੀ, ਹੋਰ ਲੈ ਲਓ ਜੀ। ਪਰ ਉਹ ਇਸ ਪ੍ਰਸ਼ਾਸਨ ਦੇ ਮੌਜੂਦਗੀ ਦੇ ਵਿੱਚ ਵੀ ਉਹ ਇਹ ਚੀਜ਼ 'ਤੇ ਮੰਨੇ ਨਹੀਂ, ਕਹਿੰਦੇ ਅਸੀਂ ਤਾਂ ਲੈਣਾ ਤਾਂ ਟਰੈਕਟਰ ਹੀ ਲੈਣਾ ਵਾ ਜੀ। ਅਤੇ ਕੋਈ ਹੋ ਸਕਦਾ ਟਰੈਕਟਰ ਵੱਡੇ ਲੈਣ ਦੀ ਉਮੀਦ ਹੋਵੇ ਉਹਨਾਂ ਦੀ, 655 ਟਰੈਕਟਰ ਲੈ ਕੇ ਗਿਆ ਹੁਣ ਜੀ, ਉਹਨਾਂ ਦੇ ਦਿਮਾਗ 'ਚ ਸੀ ਵੱਡਾ ਟਰੈਕਟਰ ਲੈ ਲਈਏ ਜੀ। ਉਹ ਇਸੇ ਗੱਲ 'ਤੇ ਜਿਹੜੇ ਰਹੇ ਵੀ ਅਸੀਂ ਟਰੈਕਟਰ ਹੀ ਲੈਣਾ ਵੱਡਾ ਲੈਣਾ ਵੱਡਾ ਲੈਣਾ। ਦੋ ਦਿਨ ਦਿੱਲੇ, ਇੱਕ ਦਿਨ ਲਈ ਧਰਨਾ ਪੂਰੇ ਦਿਨ ਚੱਲਿਆ ਗਾ ਜੀ। ਅਸੀਂ ਕਿਹਾ ਵੀ ਅਸੀਂ ਟਰੈਕਟਰ ਤੁਹਾਨੂੰ ਦੇਣਾ ਨਹੀਂ, ਪੇਮੈਂਟ ਕੱਟ ਕੇ ਤੁਸੀਂ ਪੇਮੈਂਟ ਲਏ ਸਾਡੇ ਤੋਂ ਕੈਸ਼ ਜੀ, ਟਰੈਕਟਰ ਤੁਹਾਡਾ ਜਿੱਥੋਂ ਜੀ ਕਰ ਰਿਹਾ ਉੱਥੋਂ ਲੈ ਲਓ ਜੀ, ਵੇਸੀ ਨਹੀਂ ਦਿੰਦੇ ਤੁਹਾਨੂੰ ਵੀ, ਅਸੀਂ ਤੁਹਾਨੂੰ ਟਰੈਕਟਰ ਨਹੀਂ ਦਿੰਦੇ ਜੀ। ਇਹ ਗੱਲਬਾਤ ਹੋਈ ਹੈ ਜੀ, ਕੋਈ ਪ੍ਰੋਬਲਮ ਨਹੀਂ ਟਰੈਕਟਰ, ਸਿਰਫ 15 ਮਿੰਟ ਦਾ ਕੰਮ ਆ ਟਰੈਕਟਰ, ਬਿਲਕੁਲ ਸਹੀ ਆ। ਉਹ ਦੱਸ ਰਹੇ ਸੀ ਵੀ ਕਹਿੰਦੇ ਵੀ ਅਸੀਂ ਪਲੱਟ ਟਰੈਕਟਰ ਯੂਜ ਕੀਤਾ, ਚਾਰ ਪਾ ਰਹੇ ਸੀਗੇ, ਜ਼ੋਰ ਨਹੀਂ ਲਾਉਂਦਾ ਸੀਗਾ ਪੰਪ ਦਾ, ਕਹਿੰਦੇ ਵੀ ਸਾਡਾ ਤੇਲ ਵਧਾਇਆ। ਦੇਖੋ ਵੀਰ ਜੀ, ਸਾਡੇ ਕੋਲ ਇਹ 21 ਤਰੀਕ ਨੂੰ ਸਰਵਿਸ ਕਰਾ ਕੇ ਲੈ ਗਿਆ ਟਰੈਕਟਰ ਦੀ ਜੀ, 21-7 ਨੂੰ ਜੀ, ਹੁਣ ਰਿਕਾਰਡ ਆ ਸਾਡੇ ਕੋਲ ਜੀ, 21-7 ਨੂੰ ਸਰਵਿਸ ਕਰਾ ਕੇ ਲੈ ਗਿਆ, ਉਹਦੇ 400 ਘੰਟਾ 450 ਚੱਲਿਆ ਸੀਗਾ ਜੀ ਜੀ। ਅਸੀਂ ਤਾਂ ਵੀਰੇ ਕੋਈ ਟਰੈਕਟਰ ਚੱਲਿਆ ਵੀ ਘੱਟ ਆ ਹਲੇ, ਤੁਸੀਂ ਉਹਨੂੰ ਚਲਾ ਲਓ, ਪਰ ਫਿਰ ਵੀ ਇਹ ਪੰਪ ਆ ਡੀਜ਼ਲ ਆ, ਇਹ ਮੈਕੋ ਕੰਪਨੀ ਦਾ ਪੰਪ ਆ, ਅਸੀਂ ਮੈਕੋ ਵਾਲੀ ਕੰਪਨੀ ਵਾਲੇ ਭੇਜ ਕੇ ਥੋੜ੍ਹਾ ਚੈੱਕ ਕਰਵਾ ਦਿੰਦੇ ਠੀਕ ਹੈ। ਚਲੋ ਅਸੀਂ ਦੂਜੇ ਦਿਨ ਮੈਕੋ ਕੰਪਨੀ ਵਾਲੇ ਭੇਜਤੇ ਜੀ, ਉਹ ਜਾ ਕੇ ਮੁੰਡਾ ਸੈੱਟ ਕਰਿਆ ਜੀ, ਕਹਿੰਦੇ ਵੀ ਠੀਕ ਚੱਲਦਾ ਹੁਣ, ਸਾਡਾ ਕੋਈ ਪ੍ਰੋਬਲਮ ਨਹੀਂ ਗੀ। ਉਸ ਤੋਂ ਬਾਅਦ 'ਚ ਹਫ਼ਤੇ ਕੁ ਬਾਅਦ 6-7 ਦਿਨਾਂ ਬਾਅਦ ਅਸੀਂ ਉਹਨੂੰ ਕਿਹਾ ਵੀਰੇ ਕੋਈ ਪ੍ਰੋਬਲਮ ਹੋਊਗੀ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਬੈਠੇ। ਹਾਂਜੀ। 5-6 ਦਿਨਾਂ ਬਾਅਦ ਫਿਰ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਜੀ, ਉਹਦੇ ਫਿਰ ਆ ਗਏ ਇੱਥੇ ਇਹ। ਹਾਂਜੀ। ਉਹਦੇ ਅਸੀਂ ਇਹਨਾਂ ਨੂੰ ਕਦੇ ਵੀ ਕੋਈ ਗੱਲ ਨਹੀਂ ਪ੍ਰੋਬਲਮ, ਅਸੀਂ ਕੰਪਨੀ ਸੱਦ ਲੈਂਦੇ। ਹਾਂਜੀ। ਤੁਹਾਡੇ ਕੋਈ ਪੰਪ 'ਚ ਪ੍ਰੋਬਲਮ ਆ, ਕਿਸੇ ਚੀਜ਼ 'ਚ ਹੋਰ ਪ੍ਰੋਬਲਮ ਆ, ਹੱਲ ਕਰ ਦਿੰਦੇ ਜੀ, ਆਹ ਗੱਲਾਂ ਹੋਈਆਂ। ਠੀਕ ਹੈ ਜੀ ਉਹਦੇ ਕਰਕੇ ਮਤਲਬ ਡੀਜ਼ਲ ਵੀ ਲਾ ਗਿਆ ਸੀਗਾ ਮਤਲਬ ਇੰਜਣ ਦੇ ਵਿੱਚ ਡੀਜ਼ਲ ਲੈ ਜੀ ਮੈਂ ਹੋਰ ਹਾਂਜੀ ਠੀਕ ਹੈ ਉਹ ਰਾਊਂਡ ਰਿੰਗ ਪਾਟ 'ਚ ਰਲਿਆ ਜੀ ਇੱਕ ਰਾਊਂਡ ਰਿੰਗ ਹੁੰਦਾ ਪੰਪ 'ਚ ਹਾਂਜੀ ਉਹ ਪਾਟ ਕੇ ਉਹਦੇ ਕਰਕੇ ਮਤਲਬ
ਕੰਪਨੀ ਤੋਂ ਪੰਪ ਚੇਂਜ ਕਰਾ ਦੇਣਾ ਵੀ ਨਹੀਂ ਕਰਾਉਣਾ ਜੀ ਠੀਕ ਹੈ ਕਹਿੰਦੇ ਅਸੀਂ ਨੋਵੋ ਵੱਟੇ ਨੋਵੋ ਕਹਿਣੀ ਜਾਣਾ ਕੀ ਚੱਕਰ ਆ ਕਹਿੰਦੇ ਇਹ ਤਾਂ 655 ਹੀ ਲੈਣਾ ਅੱਛਾ ਜੀ ਇਹ 605 655 655 ਲੈ ਗਏ ਅਸਲ ਵਿੱਚ ਮਕਸਦ ਉਹਨਾਂ ਦਾ ਟਰੈਕਟਰ ਵੱਡਾ ਲੈਣ ਦਾ ਮਕਸਦ ਸੀਗਾ ਜੀ ਠੀਕ ਹੈ ਅਸੀਂ ਉਹਨਾਂ ਨੂੰ ਹਰ ਇੱਕ ਪੱਖੋਂ ਹਰ ਗੱਲ ਨਾਲ ਕੰਬੇ ਲੱਗੜਿਆ ਹਾਂ ਹਾਂਜੀ ਕਿਸੇ ਗੱਲ ਦੇ ਉੱਤੇ ਉਹ ਆਏ ਹੀ ਨਹੀਂ ਕਿਤੇ ਇੰਜਨ ਚੇਂਜ ਵਾਰਨ ਕਾਰਨ ਮਤਲਬ ਕਈ ਵਾਰ ਆਪਣੇ ਕੰਪਨੀਆਂ ਮਤਲਬ ਪੀਸ ਚੇਂਜ ਬਹੁਤ ਨਹੀਂ ਕਰ ਸਕਦੇ ਕਹਿਣ ਦੇ ਹਿਸਾਬ ਦਾ ਡੀਲਰਸ਼ਿਪ ਦੇ ਤੇ ਇੰਜਨ ਵੀ ਚੇਂਜ ਹੋ ਜਾਂਦਾ ਜੀ ਇੰਜਨ ਹਾਂ ਅਸੀਂ ਬਿਲਕੁਲ ਕਿਹਾ ਜੀ ਮਤਲਬ ਠੀਕ ਹੈ ਅਸੀਂ ਤੁਹਾਨੂੰ ਆਪਾਂ ਪੂਰਾ ਇੰਜਨ ਪੈਟੀ ਮਤਲਬ ਚੇਂਜ ਕਰਾ ਦਿੰਦੇ ਠੀਕ ਹੈ ਉਹ ਕਹਿੰਦੇ ਇੰਜਨ ਵੀ ਚੇਂਜ ਕਰਾਉਣਾ ਜੀ ਹਾਂਜੀ ਨੋਵੋ ਟਰੈਕਟਰ ਵੀ ਨਹੀਂ ਲੈਣਾ ਹਾਂਜੀ ਟਰੈਕਟਰ ਹੀ ਅਸੀਂ 655 ਲੈਣਾ ਹਾਂ ਉਹ ਚ ਕੀ ਫਰਕ ਹੈ ਟਰੈਕਟਰ ਚ
ਉਹਦੀ ਹਾਰਸ ਪਾਵਰ ਵੱਧਦਾ ਜੀ 65 ਹਾਰਸ ਪਾਵਰ ਦਾ ਟਰੈਕਟਰ ਆ ਇਹ ਇਹ ਕਿੰਨੇ ਦਾ ਸੀ ਇਹ 57 ਹਾਰਸ ਪਾਵਰ ਦਾ ਠੀਕ ਹੈ ਤੇ ਇੱਕ ਗੱਲ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਚਲੋ ਆਪਾਂ ਰਿਸ਼ਤੇਦਾਰੀ ਦਾ ਜਿਹੜਾ ਸੀਗਾ ਪਹਿਲਾਂ ਉਹੀ ਕਲੀਅਰ ਕਰ ਲਈਏ ਹੈ ਨਾ ਇਹਨਾਂ ਨੇ ਕਿਹਾ ਸੀਗਾ ਵੀ ਮੇਜਰ ਸਾਹਿਬ ਮੇਰੀ ਤਾਂ ਭਗਵੰਤ ਮਾਨ ਨਾਲ ਵੀ ਰਿਸ਼ਤੇਦਾਰੀ ਮੇਰੀ ਮਾਸੀ ਦਾ ਮੁੰਡਾ ਹੈ ਵੀ ਇਹ ਗੱਲ ਕਿੰਨੀ ਕੁ ਸੱਚ ਆ ਕਿਉਂਕਿ ਉਹਨਾਂ ਨੇ ਬਾਹਰ ਕਿਹਾ ਕਿ ਸਾਡੇ ਕੋਲ ਰਿਕਾਰਡਿੰਗ ਪਈ ਹੈ ਤੁਸੀਂ ਸ਼ਾਇਦ ਸੁਣੀ ਵੀ ਹੋਵੇ ਜੀ ਦੇਖੋ ਮੇਰੀ ਉਹਨਾਂ ਨੇ ਕਿਸੇ ਬੰਦੇ ਨਾਲ ਕੋਈ ਗੱਲ ਨਹੀਂ ਹੋਈ ਹਾਂਜੀ ਔਰ ਕਿਸੇ ਪ੍ਰਕਾਰ ਦੀ ਇਹ ਕੋਈ ਗੱਲ ਨਹੀਂ ਹੋਈ ਜੀ ਰਿਸ਼ਤੇਦਾਰੀ ਦੀ ਗੱਲ ਕਰਦੇ ਆ ਫੰਕਸ਼ਨ ਤੇ ਜੀ ਸੀਐਮ ਸਾਹਿਬ ਦਾ ਮੰਗਲਵਾਰ ਨੂੰ ਸਤੌਜ ਪਿੰਡ ਦੇ ਫੰਕਸ਼ਨ ਸੀਗਾ ਜੀ ਅਸੀਂ ਉਹਦੇ ਫੰਕਸ਼ਨ ਤੇ ਜਾ ਕੇ ਆ ਬਤੌਰ ਰਿਸ਼ਤੇਦਾਰ ਰਿਸ਼ਤੇਦਾਰੀ ਹੈ ਪਰ ਮੇਰੀ ਕਿਸੇ ਬੰਦੇ ਨਾਲ ਕੋਈ ਗੱਲ ਨਹੀਂ ਹੋਏਗੀ ਜੀ ਇਹ ਜੇ ਗੱਲ ਕਰਦੇ ਆ ਤਾਂ ਪ੍ਰੂਫ ਕਰਨ ਵੀ ਕਿਸੇ ਨਾਲ ਗੱਲ ਹੋਈ ਹੋਵੇ ਰਿਸ਼ਤੇਦਾਰੀ ਤੌਰ ਤੇ ਫੰਕਸ਼ਨ ਜ਼ਰੂਰ ਅਟੈਂਡ ਕਰਨੀ ਆ ਜੀ ਉਹ ਬਾਹਰ ਕਹਿ ਰਹੇ ਸੀ ਵੀ ਸਾਨੂੰ ਏਦਾਂ ਕਿਹਾ ਮੇਜਰ ਸਾਹਿਬ ਨੇ ਵੀ ਮੇਰੇ ਤਾਂ ਰਿਸ਼ਤੇਦਾਰੀ ਹੈ ਉਹ ਜੇ ਇਸ ਚੀਜ਼ 'ਚ ਕਹਿੰਦੇ ਜੀ ਆਉਣ ਰਿਕਾਰਡ ਪ੍ਰੂਫ ਕਰਨ ਮੇਰੇ ਕੋਲ ਵੀ ਆਹ ਸਾਡੇ ਸਮੂਹ ਤੇ ਕਿਹਾ ਕਿ ਉਸ ਤੋਂ ਬਾਅਦ ਇੱਕ ਗੱਲ ਇਹ ਕਹਿ ਰਹੇ ਸੀ ਸਾਡਾ ਕਹਿੰਦੇ 605 ਦਾ ਮਤਲਬ ਰੌਲਾ ਸੀਗਾ ਜਿਹੜਾ ਟਰੈਕਟਰ 'ਚ ਫਲਟ ਆ ਗਿਆ ਉਸ ਤੋਂ ਬਾਅਦ ਅਸੀਂ 655 ਟਰੈਕਟਰ ਲੈਣਾ ਸੀ ਸਾਡਾ ਮਤਲਬ ਸੌਦਾ ਹੋਇਆ ਸੀ 185 ਦਾ ਸ਼ਾਇਦ ਸਾਨੂੰ ਕਹਿ ਰਹੇ ਸੀਗੇ ਪੱਕਾ ਕਨਫਰਮ ਨਹੀਂ ਅਤੇ ਬਾਅਦ 'ਚ ਵੀ ਕੰਪਨੀਆਂ ਦੇ ਭੱਜ ਗਏ ਟਰੈਕਟਰ ਨਹੀਂ ਦੇ ਰਹੇ ਜੋ ਸਿਲੈਕਟ ਕਰਾਤਾ ਕੰਪਨੀ ਵਾਲੇ ਕੀ ਹੋਇਆ ਉਸ ਟਾਈਮ ਤੇ ਦਫ਼ਤਰ ਬੰਦ ਹੋ ਗਈ ਬਿਲਿੰਗ ਹੋਈ ਨੀ ਟਰੈਕਟਰ ਦੀ ਬਿਲਿੰਗ ਨੀ ਹੋਈ ਜੀ ਅਗਲੇ ਦਿਨ ਬਿਲਿੰਗ ਹੋਈ ਹੈ ਜੀ ਅਗਲੇ ਦਿਨ ਬਿਲਿੰਗ ਹੋ ਕੇ ਟਰੈਕਟਰ ਸਾਡੇ ਕੋਲ ਆਉਣਾ ਸੀਗਾ ਜੀ ਅਸੀਂ ਉਹਨਾਂ ਨੂੰ ਕਿਹਾ ਜੀ ਸਾਡੇ ਕੋਲੋਂ ਪੁਰਾਣਾ ਟਰੈਕਟਰ ਖੜਾ 2017 ਮਾਡਲ ਇੱਕ ਤੁਹਾਡਾ ਟਰੈਕਟਰ ਤੁਸੀਂ ਦੋਵੇਂ ਲੈ ਜਾਓ ਕੰਮ ਚਲਾਓ ਕੰਮ ਨਾ ਖੜਾਓ ਟਰੈਕਟਰ ਤੁਹਾਡਾ ਕੱਲ ਨੂੰ ਆਜੂਗਾ ਪਰ ਅਸੀਂ ਮੈਂ ਉਹਨਾਂ ਟਾਈਮ ਪਰਸੋਂ ਲਿਆ ਸੀ ਮੈਂ ਤੁਹਾਨੂੰ ਟਰੈਕਟਰ ਪਰਸੋਂ ਦੇਵਾਂ ਹੋ ਸਕਦਾ ਦੇ ਦੇ ਕੱਲ ਨੂੰ ਕੱਲ ਨੂੰ ਆਜੂ ਟਰੈਕਟਰ ਤੁਸੀਂ ਕਹਿ ਤਾ ਜੀ ਮੱਕੀ ਦਾ 4 ਪੌਣੇ ਦਾ ਇੱਥੋਂ ਟਰੈਕਟਰ ਲੈ ਜਾਓ ਹਾਂ ਦੋ ਟਰੈਕਟਰ ਖੜੇ ਮੇਰੇ ਪੁਰਾਣਾ ਟਰੈਕਟਰ ਲੈ ਜਾਓ ਪਰ ਉਹਨਾਂ ਦੀ ਇਸ ਗੱਲ ਤੇ ਜੇ ਤੁਸੀਂ ਵੀ ਸਾਨੂੰ ਇੱਕ ਨਵਾਂ ਦਿਓ ਇੱਕ ਉਹ ਦਿਓ ਠੀਕ ਹੈ ਮੈਂ ਤਾਂ ਨਵਾਂ ਟਰੈਕਟਰ ਮੰਗਦੇ ਸੀ ਮੈਂ ਨਵਾਂ ਟਰੈਕਟਰ ਦੇਣ ਦਾ ਜਵਾਬ ਦਿੱਤਾ ਜਮਾ ਨਵਾਂ ਮੰਗਦੇ ਜਮਾ ਨਵਾਂ ਜੀ 655 1,60,000 ਜਿਹੜੇ ਪ੍ਰੋਸੈਸ ਦੇ ਵਿੱਚ ਜਿਹੜੇ ਕੋਈ ਕੰਪਨੀ ਦੇ ਪਾਰਟਸ ਪ੍ਰੋਬਲਮ ਆਉਂਦੀ ਹੈ ਕੋਈ ਮਹਿੰਦਰਾ ਦਾ ਅਦਰਵਾਈਜ਼ ਕੋਈ ਕੰਪਨੀਆਂ ਬਾਹਰੋਂ ਪਾਰਟਸ ਲੈਂਦੀਆਂ ਜੇ ਉਹ ਬਾਹਰਲੇ ਪਾਰਟਸ ਆਉਂਦੀ ਹੈ ਤਾਂ ਬਾਹਰਲੇ ਪਾਰਟਸੋਂ ਵਾਰੰਟੀ ਲੈ ਕੇ ਦੇਣੀ ਹੈ ਦੋਸਤੋ ਇਹ ਸੀ ਵੀਡੀਓ ਤੇ ਪਖਸ ਏਜੰਸੀ ਦਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹ ਹੈ ਜਿਹੜਾ ਪਖਸ ਏਜੰਸੀ ਵਾਲਿਆਂ ਦਾ ਤੇ ਉਧਰਲਾ ਪੱਖ ਤੁਸੀਂ ਸੁਣ ਚੁੱਕੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ